हेलो स्टूडेंट्स, दसवीं क्लास के सारे बच्चों नू मेरे वालों प्यार भरी सत श्री अकाल ते सारां दा मेरी क्लास विच बहुत बहुत स्वागत है। अज असी 14.2 एक्सरसाइज का छेवां सवाल करांगे। छेवें सवाल की रकम देखो, एक विद्यार्थी ने सड़क के किसी स्थान उपर खड़े होकर उत्थों लंघन वाली कारां की संख्या नोट की, उन्हां नू हेठ दित्ती सारणी के रूप में प्रगट किया। सारणी विच दित्ता हरेक प्रेक्षण 3 मिनट के अंतराल नाल उस स्थान तो लंघन वाली कारां की संख्या नाल संबंधित है। इहो जिहे 100 अंतरालों उपर प्रेक्षण ले गए, इन्हां अंकड़ियां का बहुलक पता करो कि किसी विद्यार्थी ने सड़क के किनारे ते खड़ा होकर कारां गिणनियां शुरू कर दित्तियां, तो उन्हें टाइम जिहड़ा 3-3 मिनट का रख लिया कि ए पहले 3 मिनट आ जिहड़े इन्हां विच किन्नियां कारां लंघियां, अगले 3 मिनट जो उन्हें ले उन्हां 3 मिनटां च किन्नियां कारां लंघियां। इदां उन्हें 3-3 मिनट के 100 पीरियड बना ले, उस पीरियड के विच उन्हें कारां की गिनती नोट की है। ठीक है कि किन्नियां किन्नियां कारां लंघियां, 7 पीरियड इदां दे सीगे जिहदे विच कारां 10 तक लंघियां, 0 तो लैके 10 तक दीआं कारां मतलब लंघियां। 10 तो लैके 20 तक कारां लंघण वाले 14 पीरियड सीगे, 20 तो लैके 30 कारां लंघण वाले 13 पीरियड सीगे, ते 30 तो लैके 40 कारां लंघण वाले 12 पीरियड सी। इस तरह उन्हें सारे पीरियड इस सारणी विच नोट कर ले, ते असीं इहदा बहुलक पता करना है। ठीक है, A student noted the number of cars passing through a spot on a road for 100 periods each of 3 minutes and summarized it in the table given below. Find the mode of the data. ठीक है, हुण जिहड़ा उहने डाटा उत्थे लिखिया उस बच्चे ने उहनू असीं इस तरह लिख लिया, हॉरिजेंटल नहीं लिखिया, वर्टिकली लिख लिया। तो असीं इहदा मोड पता करना, सब तो पहला असीं यह पता करना हुंदा, देखना हुंदा कि फ्रीकुएंसी कितने ज़्यादा आ। ठीक है, फ्रीकुएंसी ज़्यादा साड़ी ये 20 है, बाकी सारे 20 तो घट है। ਤਾਂ ਇਸ ਕਲਾਸ ਇੰਟਰਵਲ ਨੂੰ, ਇਸ ਵਰਗ ਅੰਤਰਾਲ ਨੂੰ ਅਸੀਂ ਬਹੁਲਕ ਵਰਗ ਅੰਤਰਾਲ ਮੰਨਾਂਗੇ। ਇਹ ਸਾਡਾ ਮੋਡ ਕਲਾਸ ਇੰਟਰਵਲ ਹੈ। ਠੀਕ ਹੈ, ਇਹਦੀ ਜਿਹੜੀ ਫ੍ਰੀਕੁਐਂਸੀ ਆ ਉਹਨੂੰ ਅਸੀਂ F1 ਰੱਖਾਂਗੇ। ਇਹ ਤੋਂ ਪਹਿਲੀ ਜਿਹੜੀ ਫ੍ਰੀਕੁਐਂਸੀ ਆ ਉਹ F0 ਹੋ ਗਈ, ਹੁਣ 0-1 ਅਤੇ ਨੈਕਸਟ ਜਿਹੜੀ ਆ ਉਹ F2 ਹੋ ਗਈ। ਠੀਕ ਹੈ, 3 ਫ੍ਰੀਕੁਐਂਸੀਜ਼ ਅਸੀਂ ਨੋਟ ਕਰ ਲਈਆਂ, 3 ਬਾਰੰਬਾਰਤਾਵਾਂ। ਠੀਕ, ਤਾਂ ਇੱਧਰ ਇਹਦੀ ਲੋਅਰ ਲਿਮਿਟ ਕਿੰਨੀ ਆ, 40 AL ਹੋ ਗਈ। ਐਚ ਸਾਡੇ ਕੋਲ 10-10 ਦਾ ਉਹਨੇ ਜਿਹੜਾ ਵਰਗ ਅੰਤਰਾਲ ਰੱਖਿਆ, ਐਚ ਸਾਡਾ 10 ਹੈ। ਸੋ ਅਸੀਂ ਪਹਿਲਾਂ ਮੋਡ ਦਾ ਫਾਰਮੂਲਾ ਲਿਖ ਲਈਏ, ਇੱਥੇ ਕਰ ਲੈਂਦੇ ਸਵਾਲ ਨੂੰ, ਮੋਡ ਜਾਂ ਬਹੁਲਕ ਇਹ ਕਿਹਦੇ ਬਰਾਬਰ ਹੁੰਦਾ, ਐਲ ਪਲੱਸ F1 ਮਾਈਨਸ F0 ਬਟੇ ਦੇ ਵਿੱਚ 2 F1 ਮਾਈਨਸ F0 ਮਾਈਨਸ F2। ਇਹ ਸਾਰਾ ਬ੍ਰੈਕਟ ਜਾਣਾ, ਪਹਿਲਾਂ ਇਹਨੂੰ ਸੋਲਵ ਕਰਨਾ ਹੁੰਦਾ, ਫਿਰ ਉਹਨੂੰ ਮਲਟੀਪਲਾਈ ਕਰਨਾ ਹੁੰਦਾ ਐਚ ਨਾਲ। ਠੀਕ ਹੈ, ਹੁਣ ਦੇਖੋ ਐਲ ਸਾਡੇ ਕੋਲ 40 ਹੈ, ਪਲੱਸ F1 20 ਹੈ, ਮਾਈਨਸ F0 12 ਹੈ, ਬਟੇ 'ਚ ਸਾਡੇ ਕੋਲ ਆ ਗਿਆ 2 F1, 2 × 20 ਮਾਈਨਸ F0 12 ਅਤੇ F2 11, ਗੁਣਾ ਨੂੰ ਕਰਾਂਗੇ 10 ਨਾਲ। ਠੀਕ ਹੈ, ਇਹ ਸਾਡੇ ਕੋਲ ਆ ਗਿਆ 40 ਪਲੱਸ 20 'ਚੋਂ 12 ਘਟਾਵਾਂਗੇ ਤਾਂ ਆ ਜਾਣੇ 8, ਬਟੇ 'ਚ 20 × 40 ਮਾਈਨਸ 12 ਅਤੇ 11 23 ਹੋ ਗਏ, ਕਿਉਂਕਿ ਇਹ ਦੋਨੇ ਮਾਈਨਸ ਦੇ ਆ। ਠੀਕ ਹੈ, ਇਹਨਾਂ ਨੂੰ ਅਸੀਂ ਮਲਟੀਪਲਾਈ ਕਰ ਦੇਣਾ 10 ਨਾਲ। ਅਗੇਨ 40, 40 ਦੇ 40 ਲੱਗੇ, ਪਲੱਸ 8/40, 40 'ਚੋਂ 23 ਘਟਾਓ 17 ਬਚਣੇ। ਠੀਕ ਹੈ, ਗੁਣਾ ਇਹਨੂੰ ਕਰਾਂਗੇ 10 ਨਾਲ। ਹੁਣ 17 ਨਾਲ 10 ਨਹੀਂ ਘੱਟ ਹੁੰਦੇ, 8 ਨਾਲ 17 ਨਹੀਂ ਘੱਟ ਹੁੰਦੇ, ਕਿਉਂਕਿ 17 ਪ੍ਰਾਈਮ ਨੰਬਰ ਹੈ ਸਾਡਾ। ਹੁਣ 8 ਦੀ ਤਾਂ 10 ਦੀ ਅਸੀਂ ਗੁਣਾ ਕਰ ਲਾਂਗੇ, ਮਲਟੀਪਲੀਕੇਸ਼ਨ ਕਰ ਲਾਂਗੇ, 40 ਪਲੱਸ 8 10 80/17, ਕਹਿਣ ਦਾ ਭਾਵ 80 ਨੂੰ ਅਸੀਂ 17 ਨਾਲ ਭਾਗ ਕਰ ਲਾਂਗੇ, 17 × 64, ਬਾਕੀ ਬਚ ਗਏ ਸਾਡੇ ਕੋਲ 12, ਡੈਸੀਮਲ ਲਗਾਇਆ 0, ਇੱਥੇ ਵੀ 0 ਲਗਾਈ, 120, 17 × 7 = 119, ਬਾਕੀ ਬਚ ਗਿਆ 1। ਹੁਣ ਜੇ ਅਸੀਂ 0 ਲਗਾਵਾਂਗੇ ਇੱਥੇ ਉਤਾਰਾਂਗੇ ਤਾਂ 10 ਬਣਦੇ, ਮਤਲਬ ਨਹੀਂ ਜਾਂਦਾ ਲੱਗੀ 0। ਡੈਸੀਮਲ ਦੇ 2 ਪੁਆਇੰਟ ਤੱਕ ਅਸੀਂ ਡਿਵਾਈਡ ਕਰ ਲਿਆ, ਇੰਨਾ ਕਾਫੀ ਹੈ। ਇਹਨੂੰ ਇੱਥੇ ਲਿਖ ਲਾਂਗੇ ਅਸੀਂ 40 ਪਲੱਸ 4.70 ਪਲੱਸ ਕਰਕੇ ਕਿੰਨਾ ਆ ਜਾਏਗਾ, ਇਹ ਜਮ੍ਹਾਂ ਕਰਕੇ 44.70। ਠੀਕ ਹੈ, ਇਹ ਜਿਹੜਾ ਸਾਡਾ ਬਹੁਲਕ ਹੈ ਇਹ ਆਇਆ ਕਾਰਾਂ ਦਾ।
ਘਰ ਆਇਆ ਠੀਕ ਹੈ ਵੱਧ ਤੋਂ ਵੱਧ ਕਿਸੇ ਵੀ ਜਿਹੜਾ ਉਹਨੇ ਪੀਰੀਅਡ ਬਣਾਇਆ ਜਿਹੜੇ ਵੀ ਉਹਨੇ ਅੰਤਰਾਲ ਬਣਾਏ ਉਹਨਾਂ ਦੇ ਵਿੱਚ ਵੱਧ ਤੋਂ ਵੱਧ ਕਾਰਾਂ ਜਿਹੜੀਆਂ ਕਿਹੜੇ ਕਿਸੇ ਅੰਤਰਾਲ 'ਚ ਨਿਕਲੀਆਂ ਤਾਂ ਉਹ ਨਿਕਲੀਆਂ 44.7 ਠੀਕ ਹੈ ਵੱਧ ਤੋਂ ਵੱਧ ਕਾਰਾਂ ਮਤਲਬ ਇਹ ਤੋਂ ਜ਼ਿਆਦਾ ਕਾਰਾਂ ਕਿਸੇ ਵੀ ਸਪੈਨ 'ਚ ਨਹੀਂ ਨਿਕਲੀਆਂ ਇਹਦੇ ਨਾਲ ਹੀ ਇਹ ਕੁਸ਼ਚਨ ਸਾਡਾ ਇੱਥੇ ਕੰਪਲੀਟ ਹੋ ਗਿਆ ਅਤੇ ਨਾਲ ਹੀ ਸਾਡੀ ਜਿਹੜੀ ਐਕਸਰਸਾਈਜ਼ 14.2 ਆ ਇਹ ਪੂਰੀ ਹੋ ਗਈ ਹੈ ਅਗਲੀ ਐਕਸਰਸਾਈਜ਼ ਲਈ ਅਸੀਂ ਅਗਲੀ ਵੀਡੀਓ 'ਚ ਮਿਲਾਂਗੇ ਤਦ ਤੱਕ ਲਈ ਬਾਏ ਬਾਏ।